तो मुबारका ਤੁਹਾਨੂੰ ਤੁਸੀਂ ਰਾਸਾ ਵਾਲੇ ਹੀ ਆਪਣਾ ਨਾਮਾਂਕਾ ਭਰਿਆ ਬਹੁਤ ਬਹੁਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਤੁਹਾਨੂੰ ਲੱਖ ਲੱਖ ਵਧਾਈ ਜੀ ਤੇ ਹੁਣ ਕੀ ਪ੍ਰਾਇੋਰਟੀ ਵਾਲੇ ਕੰਮ ਹੋਣਗੇ ਹੁਣ ਤੁਹਾਨੂੰ ਸਰ ਜੋ ਪ੍ਰਾਇੋਰਟੀ ਅੱਗੇ ਰੱਖੀ ਹੈ ਤਕਰੀਬਨ ਅਸੀਂ ਲਗਾਤਾਰ ਲੱਗੇ ਹੋਏ ਹਵਾ ਪਾਣੀ ਧਰਤੀ ਨੂੰ ਬਚਾਉਣ ਦੀ ਪਾਣੀ ਰੇਨ ਜਿਹੜਾ ਡਰੇਨ ਹੋ ਰਿਹਾ ਰੇਨ ਰੀਚਾਰਜ ਹੋਵੇ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਬਾਹਰ ਜਾ ਰਹੀ ਹੈ ਨਸ਼ੇ ਹੈ ਇਹ ਜਿਹੜੀ ਹੈਗੀ ਹੈ ਐਜੂਕੇਸ਼ਨ ਜਿੰਨੇ ਵੀ ਸਾਡੇ ਮੁੱਦੇ ਆ ਨਦੀਆਂ ਦਰਿਆਵਾਂ ਦੇ ਵਿੱਚ ਗੰਦੇ ਪਾਣੀ ਪੈ ਰਹੇ ਆ ਇਹ ਸਾਰੀ ਜਿਹੜੀ ਆਵਾਜ਼ ਆ ਉੱਥੇ ਉਠਾਵਾਂਗੇ ਤੇ ਜਿਸ ਤਰੀਕੇ ਨਾਲ ਵਾਤਾਵਰਨ ਨੂੰ ਲੈ ਕੇ ਸਰਕਾਰਾਂ ਹੁਣ ਜ਼ਿਆਦਾ ਚਿੰਤਤ ਨਜ਼ਰ ਨਹੀਂ ਆ ਰਹੀਆਂ ਜੀ ਜੀ ਤੇ ਉਸ ਲਈ ਕੀ ਉਪਰਾਲੇ ਚਿੰਤਤ ਵਾਸਤੇ ਚੇਤਾ ਕਰਾਉਣਾ ਹੁੰਦਾ ਚਿੰਤਨ ਤਾਂ ਹੀ ਹੁੰਦਾ ਪਹਿਲਾਂ ਚਿੰਤਾ ਹੋਵੇ ਫਿਰ ਚਿੰਤਨ ਹੁੰਦਾ ਹੁਣ ਹਜੇ ਚਿੰਤਾ ਨਹੀਂ ਬਣੀ ਹੁਣ ਉਹ ਚਿੰਤਾ ਜਦੋਂ ਉਦੋਂ ਬਣੀ ਹੈ ਜਦੋਂ ਤੁਹਾਨੂੰ ਕੋਈ ਦੱਸ ਦਿਓ ਵੀ ਤੁਹਾਨੂੰ ਬਿਮਾਰੀ ਲੱਗੀ ਹੋਈ ਹੈ ਤਾਂ ਚਿੰਤਾ ਬਣ ਜਾਂਦੀ ਨਾ ਉਹ ਚਿੰਤਾ ਉੱਥੇ ਬਣਾਵਾਂਗੇ ਵੀ ਦੱਸਾਂਗੇ ਭਾਈ ਇਹ ਸਾਡੀ ਚਿੰਤਾ ਤੇ ਫਿਰ ਉੱਥੇ ਚਿੰਤਨ ਹੋਊਗਾ ਡਿਸਕਸ ਹੋਊਗੀ ਕੋਈ ਨਾ ਕੋਈ ਉਹਦੇ ਜਿਹੜੇ ਹੱਲ ਆ ਸਾਰੇ ਨਿਕਲਣਗੇ ਤੇ ਅੱਜ ਦੀ ਪੀੜ੍ਹੀ ਨੂੰ ਕੀ ਕਹਿਣਾ ਚਾਹੋਗੇ ਕੀ ਅੱਜ ਦੀ ਪੀੜ੍ਹੀ ਨੂੰ ਅਸੀਂ ਕਹਿੰਦੇ ਹਾਂ ਕਿ ਸਾਡਾ ਭਵਿੱਖ ਜਿਹੜਾ ਹੈਗਾ ਉਹਨਾਂ ਦੇ ਵਿੱਚੋਂ ਲੀਡਰ ਆਉਣੇ ਆ ਉਹਨਾਂ 'ਚੋਂ ਧਾਰਮਿਕ ਲੀਡਰ ਆਉਣੇ ਆ ਉਹਨਾਂ 'ਚੋਂ ਸਾਡੇ ਸਾਇੰਸ ਵਿਗਿਆਨੀ ਨਿਕਲਣੇ ਆ ਉਹਨਾਂ 'ਚੋਂ ਸਮਾਜ ਸੁਧਾਰਕ ਨਿਕਲਣੇ ਆ ਉਹਨਾਂ 'ਚੋਂ ਹੀ ਪੋਲੀਟੀਕਲ ਲੀਡਰ ਨਿਕਲਣੇ ਆ ਸੋ ਉਹਨਾਂ ਨੂੰ ਅੱਜ ਤੋਂ ਤਿਆਰ ਹੋਣਾ ਚਾਹੀਦਾ ਪਹਿਲੀ ਗੱਲ ਹਵਾ ਪਾਣੀ ਧਰਤੀ ਜੇ ਇਹ ਸੋਧਾ ਤਾਂ ਸਾਡਾ ਜਿਹੜਾ ਹੈਗਾ ਭਵਿੱਖ ਜਿਹੜਾ ਹੈ ਉਹ ਤੰਦਰੁਸਤ ਵੀ ਹੋਊਗਾ ਨਰੋਇਆ ਵੀ ਹੋਊਗਾ ਅਤੇ ਉਹ ਮਾਨਸਿਕ ਤੌਰ 'ਤੇ ਵੀ ਠੀਕ ਹੋਊਗਾ ਹਵਾ ਪਾਣੀ ਧਰਤੀ ਨੂੰ ਬਚਾਉਣ ਵਾਸਤੇ ਬਾਣੀ ਕਹਿੰਦੀ ਜਿੱਥੇ ਜਾਏ ਬਈਏ ਭਲਾ ਕਹੀਏ ਅਸੀਂ ਜਿੱਥੇ ਵੀ ਰਹਿ ਰਹੇ ਜਿਸ ਪਿੰਡ 'ਚ ਰਹਿ ਰਹੇ ਹਾਂ ਜਿਸ ਸ਼ਹਿਰ 'ਚ ਰਹਿ ਰਹੇ ਹਾਂ ਜਿਸ ਘਰ 'ਚ ਰਹਿ ਰਹੇ ਹਾਂ ਜਿਸ ਮੁਲਕ 'ਚ ਰਹਿ ਰਹੇ ਹਾਂ ਸਾਡਾ ਫਰਜ਼ ਬਣਦਾ ਕਿ ਹਵਾ ਪਾਣੀ ਧਰਤੀ ਵਾਸਤੇ ਅਸੀਂ ਬੂਟੇ ਲਾਈਏ ਪਾਣੀ ਨੂੰ ਗੰਦਾ ਹੋਣ ਤੋਂ ਬਚਾਈਏ ਪਾਣੀ ਨੂੰ ਪਾਣੀ ਦੀ ਵੇਸਟੇਜ ਨਾ ਕਰੀਏ ਛੱਤਾਂ ਦਾ ਪਾਣੀ ਰੀਚਾਰਜ ਹੋਵੇ ਖੇਤਾਂ ਦਾ ਪਾਣੀ ਰੀਚਾਰਜ ਹੋਵੇ ਇਲਾਕੇ ਦਾ ਪਾਣੀ ਜਿਹੜਾ ਡਰੇਨਾਂ ਦੇ ਵਿੱਚ ਡਰੇਨ ਰੇਨ ਹੋ ਰਿਹਾ ਰੇਨ ਡਰੇਨ ਹੋ ਰਹੀ ਹੈ ਰੇਨ ਰੀਚਾਰਜ ਹੋਵੇ ਸੋ ਇਹ ਜਿਹੜੇ ਹੈਗੇ ਆ ਸਾਨੂੰ ਉਹਦੇ ਵਿੱਚ ਧਿਆਨ ਦੇਣਾ ਚਾਹੀਦਾ ਇਹ ਤਿੰਨ ਚੀਜ਼ਾਂ ਬਚਣਗੀਆਂ 17 ਸਾਲ ਦਾ ਪੰਜਾਬ ਦੇ ਕੋਲ ਪਾਣੀ ਬਚਿਆ ਅਤੇ ਜੇ 18 ਸਾਲ ਅਸੀਂ ਖੇਤੀ ਕੀ ਕਿਵੇਂ ਕਰਨੀ ਹੈ ਸੋ ਸਾਨੂੰ ਸਾਰਾ ਕੁਝ ਜਿਹੜਾ ਹੈਗਾ ਸਰਕਾਰਾਂ ਦੇ ਧਿਆਨ 'ਚ ਵੀ ਆਉਣਾ ਚਾਹੀਦਾ ਅਤੇ ਲੋਕ ਸਹਿਯੋਗ ਦੇਣ ਇਕੱਲੀਆਂ ਸਰਕਾਰਾਂ ਕੁਛ ਨਹੀਂ ਕਰ ਸਕਦੀਆਂ ਇਕੱਲੇ ਲੋਕ ਜਿਹੜੇ ਹੈਗੇ ਆ ਕੁਛ ਨਹੀਂ ਕਰ ਸਕਦੇ ਸਰਕਾਰਾਂ ਅੱਗੇ ਆਉਣ ਲੋਕ ਸਾਥ ਦੇਣ ਸੰਜੀ ਸੰਸਦ ਦੇ ਵਿੱਚ ਕਿਵੇਂ ਆਵਾਜ਼ ਚੱਕੀ ਜਾਏਗੀ ਕਿਉਂਕਿ ਇਹ ਜਿੱਦਾਂ ਬਾਹਰ ਚੱਕੀ ਜਾਂਦੇ ਜੇ ਬਾਹਰ ਇੰਨਾ ਰੌਲਾ ਪਾ ਸਕਦੇ ਸੰਸਦ ਦੇ ਸਪੀਕਰ ਲੱਗੇ ਹੁੰਦੇ ਉੱਥੇ ਆਵਾਜ਼ ਨੂੰ ਕਿਹੜੀ ਪ੍ਰੋਬਲਮ ਆ ਸਾਨੂੰ ਬੋਲਣਾ ਹੋਣਾ ਚਾਹੀਦਾ ਉਹ ਸਾਨੂੰ ਆਉਂਦਾ ਤੇ ਸਰਕਾਰ ਦੀ ਕਾਰਗੁਜ਼ਾਰੀ ਦੀ ਗੱਲ ਕਰੀਏ ਉਹ ਕਿੱਦਾਂ ਤੁਸੀਂ ਮੰਨਦੇ ਹੋ ਸਰਕਾਰ ਦੀ ਕਾਰਗੁਜ਼ਾਰੀ ਤੋਂ ਅਸੀਂ ਇਹ ਦੇਖਦੇ ਹਾਂ ਕਿ ਜੇ ਹੁਣ ਤੱਕਰ ਜੋ ਕਿਉਂਕਿ ਤਕਰੀਬਨ ਜਿਹੜੀ ਅੱਗੇ ਸਰਕਾਰਾਂ ਬਦਲਦੀਆਂ ਅਸੀਂ ਦੇਖੀਆਂ ਅਤੇ 2-2.5 ਮਹੀਨਿਆਂ ਵਿੱਚ ਸਿਟਿੰਗ ਹੋ ਜਾਂਦੀ ਭ੍ਰਿਸ਼ਟਾਚਾਰ ਦੀ ਅਤੇ ਕੰਮ ਜਿਹੜਾ ਹੈਗਾ ਮਗਰੋਂ ਕਹਿਣ ਲੱਗ ਪੈਂਦੇ ਲਓ ਜੀ ਜਿੱਦਾਂ ਲੈ ਦੇ ਕੇ ਕੰਮ ਕਰਵਾਓ ਪਰ ਐਤਕੀ ਜਿਹੜੀ ਭਗਵੰਤ ਮਾਨ ਨੇ ਜਿਹੜਾ ਕਾਂ ਮਾਰ ਕੇ ਟੰਗਿਆ ਨਾ ਕਿਉਂਕਿ ਇੱਕ ਦੂਸਰਿਆਂ 'ਤੇ ਨਿਗਾਹ ਤਾਂ ਸਾਰਿਆਂ ਦੀ ਹੁੰਦੀ ਹੈ ਵਿਰੋਧੀ ਧਿਰ ਕੋਈ ਗਲਤ ਕਰਦਾ ਪਰ ਆਪਣੇ ਗਲਤੀ ਕਰਦੇ ਆ ਉਹਨੂੰ ਕੋਈ ਨਹੀਂ ਕਹਿੰਦਾ ਕੁਛ ਨਾ ਕਹੀ ਹਜੇ ਤੱਕ ਕਿਹਾ ਹੀ ਹੈ ਸੋ ਜਿਹੜਾ ਇਹ ਭਗਵੰਤ ਮਾਨ ਦੀ ਸ਼ੁਰੂਆਤ ਆ ਸਿੱਧਾ ਪ੍ਰਸ਼ਾਸਨ ਨੂੰ ਅਤੇ ਸਾਰੇ ਕਿਉਂਕਿ ਗਲਤੀਆਂ ਜਿਹੜੀ ਜਿਸ ਸਦਾਧਾਰੀ ਧੇਰੀ ਕਰਦੀ ਹੁੰਦੀ ਹੈ ਜਿਹੜੀ ਸਤਹ ਤੋਂ ਬਾਹਰ ਹੋਵੇ ਉਹ ਹਮੇਸ਼ਾ ਡਰਦਾ ਕਿ ਮੇਰੇ ਉੱਤੇ ਨਿਗਾਹ ਅਤੇ ਜਦੋਂ ਸਤਹਧਾਰੀ ਧਿਰ ਉਹਦੇ ਉੱਤੇ ਨਿਗਾਹ ਹੋਵੇ ਉਹਨੂੰ ਪਤਾ ਲੱਗ ਜਾਵੇ ਵੀ ਜੋ ਅਸੀਂ ਕਰ ਰਹੇ ਹਾਂ ਅਤੇ ਫਿਰ ਉਹ ਚੀਜ਼ਾਂ ਜਿਹੜੀਆਂ ਜਿਨ੍ਹਾਂ ਦੀ ਆਸ ਕਰਦੇ ਸੀ ਸਾਨੂੰ ਲੱਗਦਾ ਕਿ ਪ੍ਰਸ਼ਾਸਨ ਨੂੰ ਵੀ ਸਮਝ ਆ ਗਈ ਕਿ ਸਰਕਾਰ ਭ੍ਰਿਸ਼ਟਾਚਾਰ ਨਹੀਂ ਚਾਹੁੰਦੀ ਅਤੇ ਜਿਹੜੇ ਆਫਿਸਰ ਸਿਬਾਨ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਜਿਹੜੇ ਆਪਣੇ ਨਾਲ ਬੈਠਣ ਵਾਲੇ ਮੰਤਰੀ ਨੂੰ ਇਕੱਲਾ ਜਿਹੜਾ ਹੈਗਾ ਵੀ ਬਾਹਰ ਹੀ ਨਹੀਂ ਕੱਢਣਾ ਨਾਲ ਉਹਨੂੰ ਜੇਲ੍ਹ ਵਿੱਚ ਵੀ ਪਾਇਆ ਇੱਕ ਬਹੁਤ ਵੱਡਾ ਮੈਸੇਜ